ਾਰੇ ਬੱਚਿਓ ਸਤਿ ਸ਼੍ਰੀ ਅਕਾਲ ਮੈਂ ਕਿਰਨਦੀਪ ਕੌਰ ਅੱਜ ਆਪਾਂ ਜਮਾਤ 11ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਪੰਜਾਬੀ ਸਾਹਿਤ ਦਰਪਣ ਭਾਗ ਪਹਿਲਾ ਵਿੱਚੋਂ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਦਾ ਸੰਖੇਪ ਇਤਿਹਾਸ ਗੁਰਮਤ ਕਾਵਤਾਰਾ ਹਾਂਜੀ ਪਿਆਰੇ ਬੱਚਿਓ 1500 ਤੋਂ ਲੈ ਕੇ 1850 ਤੱਕ ਦਾ ਸਮਾਂ ਮੱਧਕਾਲ ਦਾ ਸਮਾਂ ਹੈ 1500 ਤੋਂ ਲੈ ਕੇ 1700s ਦਾ ਸਮਾਂ ਨਾਨਕ ਕਾਲ ਦਾ ਸਮਾਂ ਹੈ ਇਸ ਸਮੇ ਗੁਰਮਤ ਕਾਵਤਾਰਾ ਦੇ ਅਧੀਨ ਆਦ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ ਆਪਾਂ ਨੂੰ ਇਤਿਹਾਸਕ ਵੇਰਵਿਆਂ ਤੋਂ ਵੀ ਪਤਾ ਚੱਲਦਾ ਹੈ ਕਿ ਉਸ ਟਾਈਮ ਦੇ ਜਿਹੜੇ ਕਵੀ ਸੀ ਉਹ ਆਪਣੀ ਬਾਣੀ ਨੂੰ ਆਪਣੀਆਂ ਰਚਨਾਵਾਂ ਨੂੰ ਆਦ ਗ੍ਰੰਥ ਸਾਹਿਬ ਵਿੱਚ ਦਰਜ ਕਰਾਉਣ ਦੇ ਚਾਹਵਾਨ ਸਨ ਆਓ ਆਪਾਂ ਪੜ੍ਹਦੇ ਹਾਂ ਗੁਰਮਤ ਕਾਵਤਾਰਾ ਗੁਰਮਤ ਕਾਵਤਾਰਾ ਇਸ ਕਾਲ ਦੀਆਂ ਸਾਹਿਤਿਕ ਧਾਰਾਵਾਂ ਵਿੱਚੋਂ ਗੁਰਮਤ ਕਾਵਤਾਰਾ ਸਭ ਤੋਂ ਸਮਰਥਕ ਪ੍ਰਤੀਨਿਧ ਸਾਹਿਤ ਧਾਰਾ ਹੈ ਗੁਰਮਤ ਕਾਵਤਾਰਾ 12ਵੀਂ ਤੋਂ 18ਵੀਂ ਸਦੀ ਤੱਕ ਦੇ ਕਾਲਖੰਡ ਤੱਕ ਆਪਣਾ ਸਫਰ ਤੈਅ ਕਰਦੀ ਹੈ ਹਾਂਜੀ ਪਿਆਰੇ ਬੱਚਿਓ ਕਦੋਂ ਤੱਕ ਆਪਣਾ ਸਫਰ ਤੈਅ ਕਰਦੀ ਹੈ ਕਿਸ ਕਾਲਖੰਡ ਤੱਕ 12ਵੀਂ ਤੋਂ ਲੈ ਕੇ 18ਵੀਂ ਸਦੀ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਾਰਾ ਦੇ ਮੋਢੀ ਕਵੀ ਹਨ ਇਸ ਧਾਰਾ ਦੀ ਗੁਰੂ ਕਵੀਆਂ ਨੇ ਜਿਹੜੀ ਕਾਵ ਸਿਰਜਣਾ ਕੀਤੀ ਉਸ ਨੂੰ ਬਾਣੀ ਨਾ ਅਧੀਨ ਪੜਿਆ ਸੁਣਿਆ ਤੇ ਵਿਚਾਰਿਆ ਜਾਂਦਾ ਹੈ ਕਿਸ ਨਾਮ ਅਧੀਨ ਪੜਿਆ ਤੇ ਸੁਣਿਆ ਵਿਚਾਰਿਆ ਜਾਂਦਾ ਹੈ ਜਿਸ ਟਾਈਮ ਉਸ ਗੁਰੂ ਸਾਹਿਬਾਂ ਨੇ ਬਾਣੀ ਦੀ ਰਚਨਾ ਕੀਤੀ ਹੈ ਜੋ ਵੀ ਕਾਵਤਾਰਾ ਦੀ ਰਚਨਾ ਹੋਈ ਹੈ ਉਸ ਨੂੰ ਬਾਣੀ ਅਧੀਨ ਪੜਿਆ ਤੇ ਵਿਚਾਰਿਆ ਜਾਂਦਾ ਹੈ ਗੁਰਮਤ ਕਾਵਤਾਰਾ ਸਮੇਂ ਦੇ ਸਮਾਜਿਕ ਰਾਜਨੀਤਿਕ ਭਾਈਚਾਰਕ ਅਧਿਆਤਮਕ ਸਦਾਚਾਰਕ ਅਤੇ ਸਭਿਆਚਾਰਕ ਆਦ ਪਿੰਨ ਪਿੰਨ ਖੇਤਰਾਂ ਨੂੰ ਉਨਤ ਕਰਨ ਲਈ ਸਾਹਿਤ ਨੂੰ ਸਾਧਨ ਦੇ ਰੂਪ ਵਿੱਚ ਵਰਤਦੀ ਹੈ ਹੁਣ ਕਿਹੜੀ ਕਾਵਤਾਰਾ ਹੈ ਸਾਹਿਤ ਨੂੰ ਸਾਧਨ ਦੇ ਰੂਪ ਵਿੱਚ ਵਰਤਦੀ ਹੈ ਕਿਹੜੇ ਖੇਤਰਾਂ ਨੂੰ ਉਨਤ ਕਰਨ ਲਈ ਗੁਰਮਤ ਕਾਵਤਾਰਾ ਕਿਹੜੇ ਖੇਤਰਾਂ ਨੂੰ ਉੰਤ ਕਰਨ ਲਈ ਸਮਾਜਿਕ ਰਾਜਨੀਤਿਕ ਭਾਈਚਾਰਕ ਤੇ ਅਧਿਆਤਮਿਕ ਸਦਾਚਾਰਕ ਸੱਭਿਆਚਾਰਕ ਆਦ ਪਿੰਨ ਖੇਤਰਾਂ ਨੂੰ ਠੀਕ ਹੈ ਜੀ ਉੰਤ ਕਰਨ ਲਈ ਸਾਹਿਤ ਨੂੰ ਮਨੁੱਖੀ ਜੀਵਨ ਨਾਲ ਇੱਕ ਸੌ ਕਰਕੇ ਆਚਰਣਕ ਪਵਿੱਤਰਤਾ ਤੇ ਆਤਮਿਕ ਉਚਤਾ ਲਈ ਅਮੁੱਲ ਸਾਹਿਤਨ ਸਿਰਜਣਾ ਕੀਤੀ ਜਾਂਦੀ ਹੈ ਹਾਂਜੀ ਕਿਸ ਲਈ ਆਚਰਣਕ ਪਵਿੱਤਰਤਾ ਲਈ ਆਤਮਿਕ ਉਚਤਾ ਲਈ ਠੀਕ ਹੈ ਸਾਹਿਤ ਦੀ ਸਿਰਜਣਾ ਕੀਤੀ ਜਾਂਦੀ ਹੈ ਸਾਇਤ ਨੂੰ ਲੋਕ ਅਨੁਭਵ ਨਾਲ ਜੋੜਨ ਲਈ ਲੋਕ ਭਾਸ਼ਾ ਲੋਕ ਛੰਦਾਂ ਤੇ ਲੋਕ ਪ੍ਰਯ ਕਾਵ ਰੂਪਾਂ ਵਿੱਚ ਸੰਗੀਤਕ ਲੈ ਤੇ ਰਾਗਾਂ ਰਾਗਣੀਆਂ ਦਾ ਪ੍ਰਯੋਗ ਕਰਕੇ ਲੋਕ ਸੋਹਜ ਦੀ ਤ੍ਰਿਪਤੀ ਕੀਤੀ ਗਈ ਹੈ ਤੇ ਨਾਲ ਹੀ ਮਨੁੱਖੀ ਜੀਵਨ ਦੇ ਅਸਲ ਉਦੇਸ਼ ਦੀ ਪ੍ਰਾਪਤੀ ਲਈ ਵੀ ਪ੍ਰੇਰਿਤ ਕਰਦੀ ਹੈ ਗੁਰਮਤ ਕਾਵਤਾਰਾ ਅਧੀਨ ਗੁਰੂ ਕਵੀਆਂ ਨੇ ਦਾ ਵਰਣਨ ਇਸ ਤਰ੍ਹਾਂ ਹੈ ਜਿਹੜੇ ਗੁਰਮਤ ਕਾਵਤਾਰਾ ਦੀਨ ਜਿਨ੍ਹਾਂ ਨੇ ਰਚਨਾ ਕੀਤੀ ਹੈ ਉਹ ਗੁਰੂ ਕਵੀਆਂ ਦਾ ਵਰਣਨ ਅੱਗੇ ਹੈ ਪਿਆਰੇ ਬੱਚਿਓ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਹਾਂਜੀ ਗੁਰਮਤ ਪਾ ਸਾਹਿਤ ਪਰੰਪਰਾ ਤੇ ਗੁਰਮਤ ਵਿਚਾਰਧਾਰਾ ਨੂੰ ਸਥਾਪਿਤ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਆਪ ਨੇ ਸਾਹਿਤ ਨੂੰ ਲੋਕ ਜੀਵਨ ਤੇ ਇਤਿਹਾਤਮਕ ਪਰੰਪਰਾ ਨਾਲ ਜੋੜਿਆ ਅਤੇ ਦੱਬੇ ਕੁਚਲੇ ਅਤੇ ਨੀਵੇਂ ਵਰਗ ਦੇ ਹੱਕ ਵਿੱਚ ਆਵਾਜ਼ ਵੀ بلند ਕੀਤੀ ਕਿਹੜੇ ਵਰਗ ਦੇ ਖਾਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਆ ਉਠਾਈ ਆ ਆਪਦੀ ਦੱਬੇ ਕੁਚਲੇ ਤੇ ਨੀਵੇਂ ਵਰਗ ਦੇ ਲੋਕਾਂ ਵਿੱਚ ਨੀਚਾ ਅੰਦਰ ਨੀਚ ਜਾਤ ਨੀਚੀ ਹੋ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਕਿਆ ਰੀਸ ਆਪਨੇ ਸਮਾਜ ਅੰਦਰ ਵਿਆਪਤ ਊਚ ਨੀਚ ਜਾਤ ਪਾਤ ਛੂਤ ਸ਼ਾਤ ਅਤੇ ਸਮਾਜਿਕ ਨਾ ਬਰਾਬਰੀ ਤੋਂ ਲੋਕਾਈ ਨੂੰ ਉੱਪਰ ਉਠਾ ਕੇ ਉੱਚਾ ਸੁੱਚਾ ਤੇ ਨੇੜੇ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ ਹਾਂਜੀ ਪਿਆਰੇ ਬੱਚਿਓ ਉਸ ਸਮੇਂ ਦਾ ਜਿਹੜਾ ਸਮਾਜ ਸੀ ਉਹ ਜਾਤ ਪਾਤ ਦੇ ਵਿੱਚ ਬੜਾ ਹੀ ਜਕੜਿਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਜਾਤ ਪਾਤ ਛੂਤ ਸ਼ਾਤ ਤੇ ਸਮਾਜਿਕ ਵਿੱਚ ਜਿਹੜੀ ਨਾ ਬਰਾਬਰੀ ਫੈਲੀ ਹੋਈ ਸੀ ਉਸ ਨੂੰ ਲੋਕ ਉਸ ਤੋਂ ਲੋਕਾਂ ਨੂੰ ਉੱਪਰ ਉਠਾਇਆ ਤੇ ਉੱਚਾ ਸੁੱਚਾ ਤੇ ਨਿਡਰ ਜੀਵਨ ਬਤਾਉਣ ਦੀ ਪ੍ਰੇਰਣਾ ਦਿੱਤੀ ਸੱਚ ਦੀ ਪਛਾਣ ਅਧਿਆਤਮਿਕ ਪਵਿੱਤਰ ਅਤੇ ਆਚਰਣ ਦੀ ਉਚਤਾ ਨੂੰ ਮਤ ਦਿੱਤਾ ਹਾਂਜੀ ਕਿਸ ਚੀਜ਼ ਨੂੰ ਮਹੱਤਵ ਦਿੱਤਾ ਸੱਚ ਦੀ ਪਛਾਣ ਅਧਿਆਤਮਿਕ ਪਵਿੱਤਰਤਾ ਤੇ ਆਚਰਣ ਦੀ ਉਚਤਾ ਨੂੰ ਸੱਚੋ ਓਰੇ ਸਭ ਉੱਪਰ ਸੱਚ ਆਚਾਰ ਗੁਰੂ ਸਾਹਿਬ ਇੱਕ ਮਹਾਨ ਸ਼ਕਤੀਯਤ ਦਾ ਦਰਜਾ ਰੱਖਦੇ ਹਨ ਉਹ ਮਹਾਨ ਰਿਹਸਵਾਦੀ ਪ੍ਰਤਿਭਾਸ਼ਾਲੀ ਕਵੀ ਅਕਾਲ ਪੁਰਖ ਦੇ ਅਨੰਨ ਭਗਤ ਸੰਗੀਤ ਤੇ ਰਾਗ ਦੇ ਜਾਣਕਾਰ ਅਤੇ ਮਹਾਨ ਦਾਰਸ਼ਨਿਕ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਸਭ ਤੋਂ ਵੱਧ ਆਪ ਜੀ ਦੀ ਬਾਣੀ ਦਰਜ ਹੈ ਹਾਂਜੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਜ਼ਿਆਦਾ ਬਾਣੀ ਦਰਜ ਹੈ ਪਿਆਰੇ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਉਸ ਤੋਂ ਬਾਅਦ ਵੱਡੀ ਬਾਣੀ ਕਿੰਨਾ ਦੀ ਹੈ ਗੁਰੂ ਨਾਨਕ ਦੇਵ ਜੀ ਦੀ ਆਪ ਦੁਆਰਾ ਰਚਿਤ ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ ਜਪਜੀ ਸਾਹਿਬ ਤਿੰਨ ਵਾਰਾਂ ਰਾਗ ਆਸਾ ਮਾਝ ਤੇ ਮਲਹਾਰ ਵਿੱਚ ਸਿੱਧ ਗੋਸ਼ਟੀ ਦੱਖਣੀ ਓੰਕਾਰ ਰਾਗ ਆਸਾ ਪੱਟੀ ਸੋਹਿਲਾ ਪੈਰੇ ਬੰਜਾਰੇ ਅਲੌਨੀਆਂ ਸੋਦਰ ਆਰਤੀ ਅਸ਼ਟਪਤੀਆਂ ਥਿੱਤੀ ਛੰਦ ਰੇਖਾਤਾ ਰੇਖਤਾ ਮਾਰੂ ਸੋਲੇ ਤੇ ਸ਼ਲੋਕ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਹਾਂਜੀ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਰਾਗਾਂ ਵਿੱਚੋਂ 31 ਰਾਗਾਂ ਵਿੱਚੋਂ 19 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਆਪ ਜੀ ਦੀ ਸਮੁੱਚੀ ਰਚਨਾ ਅਧਿਆਤਮਿਕ ਜਿਧਾਰਤ ਅਤੇ ਜੀਵਨ ਯੋਗਤ ਤਿੰਨ ਨੁਕਤਿਆਂ ਉੱਪਰ ਕੇਂਦਰਤ ਹੈ ਕਿੰਨੇ ਨੁਕਤਿਆਂ ਉੱਪਰ ਕੇਂਦਰਤ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਪਿਆਰੇ ਬੱਚਿਓ ਤਿੰਨ ਨੁਕਤਿਆਂ ਉੱਪਰ ਕਿਹੜੇ-ਕਿਹੜੇ ਅਧਿਆਤਮਿਕ ਜਿਧਾਰਤ ਤੇ ਜੀਵਨ ਜੋਗਤ ਹਨ ਜੀ ਜਪਜੀ ਸਾਹਿਬ ਤੇ ਸਿੱਧ ਗੋਸ਼ਟੀ ਆਪ ਜੀ ਦੀਆਂ ਦਾਰਸ਼ਨਿਕ ਬਾਣੀਆਂ ਹਨ ਹਾਂਜੀ ਪਿਆਰੇ ਬੱਚਿਓ ਦਾਰਸ਼ਨਿਕ ਬਾਣੀਆਂ ਕਿਹੜੀਆਂ ਹਨ ਗੁਰੂ ਨਾਨਕ ਦੇਵ ਜੀ ਦੀਆਂ ਜਪਜੀ ਸਾਹਿਬ ਤੇ ਸਿੱਧ ਗੋਸ਼ਟੀ ਜਪਜੀ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ ਹਾਂਜੀ ਪਿਆਰੇ ਬੱਚਿਓ ਕਿਹੜੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ ਜਪਜੀ ਸਾਹਿਬ ਬਾਣੀ ਨੂੰ ਏ ਨਿਤਨੇਮ ਦੀ ਪਹਿਲੀ ਬਾਣੀ ਹੈ ਅਤੇ ਰਾਗ ਰਹਿਤ ਹੈ ਸਿੱਧ ਗੋਸ਼ਟ ਸੰਪਾਦਿਕ ਸ਼ੈਲੀ ਵਿੱਚ ਰਚੀ ਹੋਈ ਹੈ ਸੰਵਾਦਕ ਸਿੱਧ ਗੋਸ਼ਟ ਸੰਵਾਦਕ ਸ਼ੈਲੀ ਵਿੱਚ ਰਚੀ ਹੋਈ ਹੈ ਇਸ ਵਿੱਚ ਗੁਰੂ ਸਾਹਿਬ ਤੇ ਸਿੱਧਾਂ ਵਿਚਾਰ ਸਿਧਾਂਤ ਦੀ ਵਿਆਖਿਆ ਪੜਤਾਲ ਖੰਡਨ ਤੇ ਸੁਧਾਰ ਹਾਂਜੀ ਸੰਵਾਦਕ ਸ਼ੈਲੀ ਵਿਚਾਰ ਗੁਰੂ ਸਾਹਿਬ ਨੇ ਕਿੰਨਾ ਨਾਲ ਵਿਚਾਰ ਵਟਾਂਦਰੇ ਕੀਤੇ ਕਿੰਨਾ ਨਾਲ ਸਿੱਧਾ ਨਾਲ ਜੋਗੀਆਂ ਨਾਲ ਠੀਕ ਹੈ ਜੀ ਸਿੱਧਾ ਨਾਲ ਜਿਹੜੇ ਵਿਚਾਰ ਵਟਾਂਦਰੇ ਕੀਤੇ ਸੀ ਤਾਂ ਹੀ ਉਸ ਨੂੰ ਜਿਹੜੀ ਸਿੱਧ ਗੋਸ਼ਟ ਹੈ ਉਸ ਨੂੰ ਸੰਵਾਦਿਕ ਸ਼ੈਲੀ ਕਿਹਾ ਜਾਂਦਾ ਹੈ ਆਸਾਂ ਦੀ ਵਾਰ ਪਹਿਲੀ ਅਧਿਆਤਮਕ ਵਾਰ ਹੈ ਠੀਕ ਹੈ ਜੀ ਆਸਾਂ ਦੀ ਵਾਰ ਪਹਿਲੀ ਅਧਿਆਤਮਕ ਵਾਰ ਦਾ ਦਰਜਾ ਰੱਖਦੀ ਹੈ ਇਸ ਵਾਰ ਦਾ ਗਾਇਨ ਅੰਮ੍ਰਿਤ ਵੇਲੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਪੰਜਾਬ ਵਿਖੇ ਰੋਜ਼ਾਨਾ ਕਰਨ ਦੀ ਪਰੰਪਰਾ ਸਥਾਪਿਤ ਹੈ ਇਸ ਵਾਰ ਵਿੱਚ ਇਸਤਰੀ ਜਾਤੀ ਲਈ ਆਦਰ ਉੱਚਤਾ ਤੇ ਸਚਿਤਤਾ ਦੇ ਭਾਵਾਂ ਦੀ ਵੀ ਪ੍ਰੂੜਤਾ ਕੀਤੀ ਗਈ ਹੈ ਪੰਡਮੂਆ ਪੰਡ ਭਾਲੀਏ ਪੰਡ ਹੋਵੇ ਬਧਾਨ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਜ਼ਾਨ ਹੁਣ ਕਹਿੰਦੇ ਇੱਕ ਇਸਤਰੀ ਪੰਡ ਇਸਤਰੀ ਅਗਰ ਇੱਕ ਇਸਤਰੀ ਮਰ ਜਾਂਦੀ ਹੈ ਤਾਂ ਦੂਸਰੀ ਇਸਤਰੀ ਦੀ ਭਾਲ ਸ਼ੁਰੂ ਹੋ ਜਾਂਦੀ ਹੈ ਸਾਰੇ ਬੰਧਨ ਜਿਹੜੇ ਰਿਸ਼ਤੇ ਨਾਤੇ ਆ ਉਹ ਇੱਕ ਇਸਤਰੀ ਨਾਲ ਹੀ ਹਨ ਤੇ ਫੇਰ ਆਪਾਂ ਇਸ ਇਸਤਰੀ ਨੂੰ ਕਿਉ ਮੰਦਾ ਆਖੀਏ ਕਿਉ ਬੁਰਾ ਆਖੀਏ ਜਿਸ ਨੇ ਰਾਜੇ ਮਹਾਰਾਜਾਂ ਨੂੰ ਜਨਮ ਦਿੱਤਾ ਹੈ ਇੱਕ ਇਸਤਰੀ ਦਾ ਸਮਾਜਿਕ ਤੌਰ ਤੇ ਰੁਤਬਾ ਉੱਚਾ ਕੀਤਾ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਬਹੁਤ ਸਾਰੀ ਮੰਤਮਾ ਦੀ ਪੇਸ਼ਕਾਰੀ ਕਰਦੀ ਹੈ ਨਿਰਸंदेਹ ਨਾਨਕ ਬਾਣੀ ਗੁਰਮਤ ਵਿਚਾਰਧਾਰਾ ਦੀ ਪੱਖ ਪ੍ਰਦਰਸ਼ਕ ਤੇ ਸਜੋਗ ਰਹਿਨਮਾਈ ਕਰਦੀ ਹੈ ਗੁਰੂ ਨਾਨਕ ਬਾਣੀ ਵਿੱਚ ਸਾਰੇ ਰਸ ਅਨੇਕ ਸ਼ੰਦਾਂ ਤੇ ਅਲੰਕਾਰਾਂ ਦੀ ਸਜੋਗ ਵਰਤੋਂ ਕੀਤੀ ਗਈ ਹੈ ਗੁਰੂ ਸਾਹਿਬ ਦੀਆਂ ਅਨੇਕ ਤੁਕਾਂ ਅਟਲ ਸਚਾਈਆਂ ਦਾ ਰੂਪ ਧਾਰ ਕੇ ਲੋਕ ਜੀਵਨ ਦਾ ਅੰਗ ਬਣ ਗਈਆਂ ਹਨ ਹੁਣ ਗੁਰੂ ਸਾਹਿਬ ਨੇ ਕਈ ਐਹੋ ਜੀਆਂ ਤੁਕਾਂ ਹਨ ਬਾਣੀ ਦੇ ਵਿੱਚ ਜਿਹੜੀਆਂ ਅਟਲ ਸਚਾਈਆਂ ਹਨ ਤੇ ਇਹੋ ਜੇ ਰੂਪ ਧਾਰ ਕੇ ਲੋਕ ਜੀਵਨ ਦਾ ਅੰਗ ਬਣ ਗਈਆਂ ਕਿਹੜਾ ਰੂਪ ਧਾਰਿਆ ਅਟਲ ਸਚਾਈਆਂ ਦਾ ਰੂਪ ਧਾਰਿਆ ਤੇ ਲੋਕ ਜੀਵਨ ਦਾ ਅੰਗ ਬਣ ਗਈਆਂ ਰੋਟੀਆਂ ਕਾਰਨ ਪੂਰੇ ਤਾਲ ਨੀਵੇਂ ਸੋ ਗौरा ਹੋਏ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਵਕਤ ਵਿਚਾਰੇ ਸੋ ਬੰਦਾ ਹੋਏ ਹੁ ਜਿਹੜਾ ਵਕਤ ਵਿਚਾਰਦਾ ਹੈ ਆਪਣੇ ਸਮੇਂ ਨੂੰ ਵਿਚਾਰਦਾ ਹੈ ਸਮੇਂ ਦੇ ਅਨੁਸਾਰ ਚੱਲਦਾ ਹੈ ਉਹੀ ਅਸਲ ਵਿੱਚ ਬੰਦਾ ਹੈ ਮਿੱਠਤ ਨੀਵੀ ਸਾਰਿਆਂ ਤੋਂ ਚੰਗਾ ਸਾਰੀਆਂ ਚੰਗਿਆਈਆਂ ਦਾ ਸਾਰ ਕੀ ਹੈ ਮਿੱਠਾ ਬੋਲਣਾ ਸਤ ਕੀ ਹੈ ਮਿੱਠਾ ਬੋਲਣਾ ਜਿਹੜਾ ਜਿਹਦੇ ਚ ਗੁਣ ਜ਼ਿਆਦਾ ਹੁੰਦੇ ਆ ਉਹੀ ਪਾਰਾ ਹੁੰਦਾ ਹੈ ਇਸ ਤਰ੍ਹਾਂ ਕਾਫੀ ਇਹੋ ਜਿਹੀਆਂ ਤੁਕਾਂ ਹਨ ਜਿਹੜੀਆਂ ਲੋਕ ਜੀਵਨ ਦਾ ਅੰਗ ਬਣੀਆਂ ਹਨ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਹੁਣ ਇਸ ਵਿੱਚ ਗੁਰੂ ਨਾਨਕ ਦੇਵ ਜੀ ਕਹਿ ਰਹੇ ਆ ਪਰਾਇਆ ਹੱਕ ਖਾਣਾ ਮੁਸਲਮਾਨ ਦੇ ਲਈ ਸੂਰ ਦਾ ਮਾਸ ਖਾਣ ਦੇ ਸਮਾਨ ਹੈ ਤੇ ਹਿੰਦੂਆਂ ਦੇ ਲਈ ਗਊ ਦੇ ਮਾਸ ਸਮਾਨ ਦੇ ਖਾਣ ਮਾਸ ਖਾਣ ਦੇ ਸਮਾਨ ਹੈ ਮਨ ਅੰਦਾ ਨਾਉ ਸਜਾਨ ਪੜਿਆ ਮੂਰਖਾ ਖੀਏ ਜਿਸ ਲਭ ਲੋਭ ਹੰਕਾਰ ਹੁਣ ਵਿਦਵਾਨ ਬੰਦਾ ਜਿਸ ਦੇ ਅੰਦਰ ਲੋਭ ਹੈ ਹੰਕਾਰ ਹੈ ਕਿਸੇ ਕਿਸਮ ਦਾ ਲਾਲਚ ਹੈ ਉਹ ਇੱਕ ਮੂਰਖ ਆਦਮੀ ਦੇ ਸਮਾਨ ਹੈ ਸੋ ਨਿਸ਼ਚੈ ਹੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਵਿਸ਼ੇ ਅਤੇ ਰੂਪ ਦੋਹਾਂ ਪੱਖਾਂ ਤੋਂ ਬਹੁ ਬੰਨੀਗੀ ਹੈ ਜੋ ਸਾਡਾ ਅਮੁੱਲ ਸਰਮਾਇਆ ਹੈ ਉਹਨਾਂ ਨੇ ਆਪਣੇ ਆਪ ਨੂੰ ਬੜੇ ਮਾਨ ਨਾਲ ਸ਼ਾਇਰ ਦੀ ਉਪਮਾ ਦਿੱਤੀ ਹੈ ਨਾਨਕ ਸ਼ਾਇਰਾ ਏ ਕਹਿਤ ਹੈ ਸੱਚੇ ਪਰਵਦ ਗਾਰਾ ਹਾਂਜੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਆਪਣੇ ਸਭ ਤੋਂ ਸ਼੍ਰੇਸ਼ਟ ਤੇ ਜੋਗ ਸ਼ਾਗਿਰਦ ਪਾਈ ਲੈਣਾ ਜੀ ਨੂੰ ਗੁਰੂ ਗੱਦੀ ਤੇ ਬਿਰਾਜਮਾਨ ਕੀਤਾ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ਹਾਂਜੀ ਗੁਰੂ ਨਾਨਕ ਦੇਵ ਜੀ ਦੇ ਸ਼ਾਗਿਰਦ ਕੌਣ ਸਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਆਪਣੀ ਗੁਰਗੱਦੀ ਤੇ ਬਰਾਜ਼ਮਾਨ ਕੀਤਾ ਜੋ ਬਾਅਦ ਵਿੱਚ ਕਿਸ ਨਾਮ ਨਾਲ ਪਿਆਰੇ ਬੱਚੇ ਪ੍ਰਸਿੱਧ ਹੋਏ ਗੁਰੂ ਅੰਗਦ ਦੇਵ ਜੀ ਨਾਲ ਆਪ ਜੀ ਦੁਆਰਾ ਸਿਰਫ 63 ਸ਼ਲੋਕ ਹੀ ਰਚੇ ਗਏ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਗੁਰੂਆਂ ਦੀ ਬਾਣੀ ਨਾਲੋਂ ਘੱਟ ਹੈ ਹਾਂਜੀ ਸਭ ਤੋਂ ਘੱਟ ਬਾਣੀ ਕਿਹੜੇ ਗੁਰੂ ਸਾਹਿਬ ਦੀ ਹੈ ਪਿਆਰੇ ਬੱਚਿਓ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅੰਗਰਦੇਵ ਜੀ ਦੀ ਕਿੰਨੇ ਸ਼ਲੋਕ ਹਨ 63 ਸ਼ਲੋਕ ਸਿਰਫ ਸ਼ਲੋਕ ਹੀ ਰਚੇ ਹਨ ਆਪ ਨੇ ਆਪ ਦੁਆਰਾ ਰਚੇ ਸ਼ਲੋਕ ਕੁਝ ਤਾਂ ਬਾਕੀ ਗੁਰੂ ਸਾਹਿਬਾਨਾਂ ਦੀਆਂ ਵਾਰਾਂ ਵਿੱਚ ਅੰਕਿਤ ਹਨ ਅਤੇ ਕੁਝ ਸ਼ਲੋਕ ਵਾਰਾਂ ਤੋਂ ਵਧੇਰੇ ਖਰਲੇਖੇਟ ਦਰਜ ਹਨ ਹਾਂਜੀ ਕਿਸ ਵਿੱਚ ਦਰਜ ਹਨ ਵਾਰਾਂ ਤੋਂ ਵਧੇਰੇ ਖਰਲੇਖੇਟ ਦਰਜ ਹਨ ਤੇ ਕੁਝ ਸ਼ਲੋਕ ਗੁਰੂ ਸਾਹਿਬਾਨ ਦੀਆਂ ਵਾਰਾਣਾਲੰਕਿਥਨ ਆਪ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਗੁਰੂ ਭਗਤੀ, ਪ੍ਰੇਮ, ਸ਼ਰਧਾ ਤੇ ਨਿਰਮਾਨਤਾ ਹੈ। ਹਾਂਜੀ ਪ੍ਰਮੁੱਖ ਵਿਸ਼ਾ ਕਿਹੜਾ ਹੈ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਗੁਰੂ ਭਗਤੀ, ਪ੍ਰੇਮ, ਸ਼ਰਧਾ ਤੇ ਨਿਰਮਾਨਤਾ ਹੈ। ਆਪ ਦੇ ਸ਼ਲੋਕ ਬੜੇ ਸਰਲ ਤੇ ਸਾਦੀ ਭਾਸ਼ਾ ਸ਼ੈਲੀ ਵਿੱਚ ਹਨ ਅਤੇ ਜੀਵਨ ਦੀਆਂ ਅਟਲ ਸਚਾਈਆਂ ਦਾ ਪ੍ਰਗਟਾਵਾ ਕਰਦੇ ਹਨ ਆਪ ਦੀ ਰਚਨਾ ਨਾਲ ਸੰਬੰਧਿਤ ਨਮੂਨੇ ਇਸ ਤਰ੍ਹਾਂ ਹਨ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੋੰਦਿਆਂ ਗੁਰਬਿਨ ਕੋਰ ਅੰਧਾਰ ਹਾਂਜੀ ਇੱਥੇ ਗੁਰੂ ਦੀ ਮਹਿਮਾ ਮਹੱਤਤਾ ਦੱਸੀ ਹੈ ਗੁਰੂ ਅੰਗਦ ਦੇਵ ਜੀ ਨੇ ਜੇ ਸੌ ਚੰਦਾ ਚੜ ਜਾਈ ਚੰਦ ਤੇ ਹਜ਼ਾਰ ਸੂਰਜ ਉੱਗ ਪੈਣ ਚੜ ਜਾਣ ਇੰਨਾ ਜ਼ਿਆਦਾ ਚਾਨਣ ਹੋਵੇ ਪਰ ਗੁਰੂ ਦੇ ਬਿਨਾ ਫੇਰ ਵੀ ਹਨੇਰਾ ਹੀ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਨ ਤੀਨਾ ਬੀ ਰੋਜੀ ਦੇ ਹੁਣ ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਸਾਨੂੰ ਚਿੰਤਾ ਫਿਕਰ ਨਹੀਂ ਕਰਨਾ ਚਾਹੀਦਾ ਉਸ ਪ੍ਰਮਾਤਮਾ ਨੂੰ ਆਪਣੀ ਚਿੰਤਾ ਹੈ ਜਿਹੜੇ ਪ੍ਰਮਾਤਮਾ ਨੇ ਜਲ ਵਿੱਚ ਜੀਵ ਜੰਤੂ ਉਪਾਇਏ ਐ ਰੋਜੀ ਤਾਂ ਉਹਨਾਂ ਨੂੰ ਵੀ ਦਿੰਦੇ ਐ ਗੁਰੂ ਆਪ ਜੀ ਦੀ ਬਾਣੀ ਦੀਆਂ ਕੁਝ ਪੰਕਤੀਆਂ ਲੋਕ ਮੂੰਹਾਂ ਤੇ ਬਰਾਜਮਾਨ ਹਨ ਜਿਵੇਂ ਹਉਮੇ ਦੀਰਗ ਰੋਗ ਹੈ दारू ਵੀ ਇਸ ਮਾਹੀਂ ਨਾਲਿਆਣੀ ਦੋਸਤੀ ਕਦੇ ਨਾ ਆਵੇ ਰਾਸ ਮੰਦਾ ਕਿਸਨੋ ਆਖੀਏ ਜਾਂ ਸਭਨਾ ਸਾਹਿਬ ਇੱਕ ਹਾਂਜੀ ਕਹਿੰਦੇ ਇਹ ਜਿਹੜੀਆਂ ਇਹੋ ਜਿਹੀਆਂ ਤੁਕਾਂ ਪੰਕਤੀਆਂ ਹਨ ਗੁਰੂ ਸਾਹਿਬ ਦੀਆਂ ਜਿਹੜੀਆਂ ਲੋਕਾਂ ਦੇ ਮੂੰਹਾਂ ਤੇ ਬਰਾਜਮਾਨ ਹੋ ਗਈਆਂ ਹਨ ਚੜ ਗਈਆਂ ਹਨ ਜਿਵੇਂ ਹਉਮੇ ਹੰਕਾਰ ਸਭ ਤੋਂ ਵੱਡਾ ਰੋਗ ਹੈ ਠੀਕ ਹੈ दारू ਲਾਜਵੀ ਇਸ ਦੇ ਵਿੱਚ ਹੈ ਦਵਾਈ ਵੀ ਇਸ ਵਿੱਚ ਹੈ ਕਹਿੰਦੇ ਜੇ ਆਪਾਂ ਨਾ ਸਮਝ ਨਾਲ ਦੋਸਤੀ ਕਰਾਂਗੇ ਕਦੇ ਆਪਣੇ ਰਾਸ ਨਹੀਂ ਆਉਂਦੀ ਕੰਮ ਨਹੀਂ ਆਉਂਦੀ ਇਸ ਤਰ੍ਹਾਂ ਕਈ ਇਹੋ ਜਿਹੀਆਂ ਤੁਕਾਂ ਹਨ ਜੋ ਗੁਰੂ ਸਾਹਿਬ ਦੀਆਂ ਲੋਕਾਂ ਦੇ ਮੂੰਹਾਂ ਤੇ ਚੜੀਆਂ ਹੋਈਆਂ ਹਨ ਅਟਲ ਸਚਾਈਆਂ ਦੇ ਰੂਪ ਵਿੱਚ ਹਨ ਇੱਕ ਰਵਾਇਤ ਮੁਤਾਬਕ ਕਿਹਾ ਜਾਂਦਾ ਹੈ ਕਿ ਆਪਨੇ ਭਾਈ ਪੈੜੇ ਮੁੱਖੇ ਨੂੰ ਸਾਧ ਕੇ ਭਾਈ ਬਾਲੇ ਕੋਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਮਾਚਾਰਾਂ ਨੂੰ ਸੁਣ ਕੇ ਪਹਿਲੀ ਜਨਮ ਸਾਖੀ ਤਿਆਰ ਕਰਵਾਈ ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ ਹਾਂਜੀ ਗੁਰੂ ਅੰਗਦ ਦੇਵ ਜੀ ਦੁਆਰਾ ਤਿਆਰ ਕਰਵਾਈ ਗਈ ਸਾਖੀ ਜਿਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਭਾਈ ਬਾਲੇਵਾਲੀ ਜਨਮ ਸਾਖੀ ਨਾਲ ਨਾਮ ਨਾਲ ਜਾਣਿਆ ਜਾਂਦਾ ਹੈ ਗੁਰਮੁਖੀ ਵਰਣਮਾਲਾ ਨੂੰ ਸੋਧ ਕੇ ਤਰਤੀਬ ਦੇ ਕੇ ਵਿਦਿਆਲੀ ਵਰਤਨ ਦਾ ਕਾਰਜ ਵੀ ਆਪ ਦੁਆਰਾ ਹੀ ਕੀਤਾ ਗਿਆ ਹੁਣ ਗੁਰਮੁਖੀ ਨੂੰ ਤਰਤੀਬ ਕਿਸ ਗੁਰੂ ਸਾਹਿਬ ਨੇ ਦਿੱਤੀ ਪਿਆਰੇ ਬੱਚਿਓ ਗੁਰੂ ਅੰਗਦ ਦੇਵ ਜੀ ਨੇ ਠੀਕ ਹੈ ਜੀ ਤਰਤੀਬ ਦਿੱਤੀ ਵਿਦਿਆਲੀ ਵਰਤਨ ਦਾ ਕਾਰਜ ਵੀ ਆਪ ਦੁਆਰਾ ਹੀ ਕੀਤਾ ਗਿਆ ਵਰਣਮਾਲਾ ਨੂੰ ਸੋਧਿਆ ਗਿਆ ਗੁਰੂ ਅਮਰਦਾਸ ਜੀ ਤੀਜੇ ਗੁਰੂ ਅਮਰਦਾਸ ਜੀ ਸਭ ਤੋਂ ਵੱਡੀ ਉਮਰ 73ਵੇਂ ਸਾਲ ਵਿੱਚ ਗੁਰਗੱਦੀ ਤੇ ਬਰਾਜਮਣ ਹੋਏ ਆਪ ਦੁਆਰਾ ਰਚਿਤ ਬਾਣੀ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਵਾਲਾ ਹੀ ਹੈ ਪਰ ਬੋਲੀ ਸ਼ੈਲੀ ਤੇ ਰਚਨਾਤਮਕ ਗੁਨਾਕਾਰਨ ਵੱਖਰਤਾ ਤੇ ਵਨਸਵੰਨਤਾ ਹੈ ਹਾਂਜੀ ਕਿਸ ਗੁਰੂ ਸਾਹਿਬ ਦਾ ਬਾਣੀ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਵਾਲਾ ਹੈ ਗੁਰੂ ਅਮਰਦਾਸ ਜੀ ਆਪ ਦੁਆਰਾ 18 ਰਾਗਾਂ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਗਈ ਹੈ ਗੁਰੂ ਅਮਰਦਾਸ ਜੀ ਦੁਆਰਾ ਪਿਆਰੇ ਬੱਚਿਓ 18 ਰਾਗਾਂ ਵਿੱਚ 25 22 ਤੁਕਾਂ ਤੇ 896 ਬੰਦਾਂ ਵਿੱਚ ਬਾਣੀ ਰਚਨਾ ਕੀਤੀ ਗਈ ਹੈ ਕਿੰਨੀਆਂ ਤੁਕਾਂ ਹਨ 2522 896 ਬੰਦ ਹਨ ਜਿਸ ਦਾ ਰੂਪਗਤ ਵੇਰਵਾ ਇਸ ਤਰ੍ਹਾਂ ਹੈ ਲੰਮੀਆਂ ਬਾਣੀਆਂ ਜਿਹੜੀਆਂ ਲੰਬੀਆਂ ਬਾਣੀਆਂ ਹਨ ਪਿਆਰੀ ਬੱਚਿਓ ਆਨੰਦ ਸਾਹਿਬ ਪੱਟੀ ਅਲੌਣੀਆਂ 12 ਗੁਜਰੀ ਸੂਹੀ RAMKALI ਮਾਰੂ ਰਾਗ ਵਿੱਚ ਰਚਿਤ ਚਾਰਵਾਰਾਂ ਹਨ ਹੋਰ ਰਚਨਾਵਾਂ ਕਿਹੜੀਆਂ ਹਨ ਤੀਪਦੇ ਚੌਪਦੇ ਪੰਜਪਦੇ ਅਸ਼ਟਪਤੀਆਂ ਸ਼ੰਤ ਆਦ ਆਪ ਦੁਆਰਾ ਰਾਗ RAMKALI ਵਿੱਚ ਰਚਿਤ ਆਨੰਦ ਸਾਹਿਬ ਸ਼ਾਕਰ ਰਚਨਾ ਹੈ ਇਸ ਪ੍ਰਬੰਧ ਕਾਵ ਦਾ ਇਹ ਪ੍ਰਬੰਧ ਕਾਵ ਦਾ ਉੱਤਮ ਨਮੂਨਾ ਹੈ ਇਸ ਦੀਆਂ ਕੁੱਲ 40 ਪੌੜੀਆਂ ਹਨ ਇਹ ਬਾਣੀ ਨਿਤਨੇਮ ਵਿੱਚ ਦਰਜ ਹੈ ਹਾਂਜੀ ਸ਼ਾਕਰ ਰਚਨਾ ਗੁਰੂ ਅਮਰਦਾਸ ਜੀ ਦੀ ਕਿਹੜੀ ਹੈ ਪਿਆਰੇ ਬੱਚੋ ਅਨੰਦ ਸਾਹਿਬ ਕਿਹੜੇ ਰਾਗ ਵਿੱਚ ਰਚੀ ਹੋਈ ਹੈ ਰਾਗ ਰਾਮਕਲੀ ਵਿੱਚ ਹਾਂਜੀ ਕਿਹੜਾ ਕਾਬ ਦਾ ਉੱਤਮ ਨਮੂਨਾ ਹੈ ਪ੍ਰਬੰਧ ਕਾਬ ਦਾ ਉੱਤਮ ਨਮੂਨਾ ਹੈ ਇਸ ਦੀਆਂ ਕਿੰਨੀਆਂ ਪੌੜੀਆਂ ਹਨ ਪਿਆਰੇ ਬੱਚਿਓ 40 ਪੌੜੀਆਂ ਹਨ ਤੇ ਨਿਤਨੇਮ ਵਿੱਚ ਦਰਜ ਹੈ ਬੰ ਸਿੱਖ ਧਰਮ ਹਲਕਿਆਂ ਵਿੱਚ ਖੁਸ਼ੀ ਜਾਂ ਗਮੀ ਵੇਲੇ ਸਹਿਜ ਪਾਠ ਜਾਂ ਅਖੰਡ ਪਾਠ ਦੀ ਸਮਾਪਤੀ ਸਮੇਂ ਇਸ ਦੀਆਂ ਪਹਿਲੀਆਂ 5 ਪੌੜੀਆਂ ਤੇ ਇੱਕ ਅੰਤਮ ਪਉੜੀ ਉਚਾਰੀ ਜਾਂਦੀ ਹੈ ਹਾਂਜੀ ਇਹ ਬਾਣੀ ਹੋ ਜੀ ਹੈ ਜਿਹੜੀ ਖੁਸ਼ੀ ਤੇ ਗਮੀ ਦੋਹਾਂ ਮੌਕਿਆਂ ਤੇ ਇਸ ਦਾ ਪਾਠ ਕੀਤਾ ਜਾਂਦਾ ਹੈ ਇਸ ਦੀ ਪਾਠ ਕਰਨ ਸਮੇਂ ਕਿੰਨੀਆਂ ਪੌੜੀਆਂ ਪਹਿਲੀਆਂ 5 ਪੌੜੀਆਂ ਤੇ ਇੱਕ ਅੰਤਮ ਪੌੜੀ ਉਚਾਰੀ ਜਾਂਦੀ ਹੈ ਆਪ ਦੀ ਬਾਣੀ ਸਦਾਚਾਰਕ ਸਿੱਖਿਆ ਸ਼ਾਂਤਮਈ ਭਾਵ ਬੈਰਾ ਗੰਭੀਰਤਾ ਸਰਲਤਾ ਬੋਲਚਾਲੀ ਢੰਗ ਅਤੇ ਦੁਹਰਾ ਆਦ ਵਿਸ਼ੇਸ਼ ਗੁਨਾ ਦੀ ਧਾਰਨੀ ਹੈ ਆਪ ਨੇ ਬਾਣੀ ਨਾਲ ਸੰਬੰਧਿਤ ਟਿੱਕਾ ਟਿੱਪਣੀ ਰੂਪ ਵਿੱਚ ਬਹੁਤ ਪ੍ਰਸ਼ੰਸਾਯੋਗ ਸ਼ਲੋਕਾਂ ਦੀ ਰਚਨਾ ਕੀਤੀ ਹੈ ਆਪ ਨੇ ਆਪਣੀ ਰਚਨਾ ਰਾਹੀਂ ਬਾਹਰੀ ਪੇਖਾਂ ਦਾ ਖੰਡਨ ਸਤੀਪਰਥਾ ਸ਼ੂਤਸ਼ਾਤ ਤੇ ਜਾਤ ਪਾਤ ਤੋਂ ਮੁਕਤ ਸਮਾਜ ਦੀ ਸਿਰਜਣਾ ਕਰਨ ਦਾ ਸੁਨੇਹਾ ਦਿੱਤਾ ਹੈ ਤੇ ਮਨੁੱਖੀ ਏਕਤਾ ਤੇ ਬਰਾਬਰੀ ਕਾਇਮ ਕਰਨ ਲਈ ਪ੍ਰੇਰਣਾ ਦਿੰਦੀ ਹੈ ਆਪ ਦੀ ਬਾਣੀ ਦੇ ਨਮੂਨੇ ਵੇਖਣ ਯੋਗ ਹਨ ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਤੀ ਪ੍ਰਥਾ ਦਾ ਵਿਰੋਧ ਕਿਸ ਕਿਸ ਨੇ ਕੀਤਾ ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਸਤੀਪ ਪ੍ਰਾਥਾ ਦੇ ਵਿਰੋਧ ਆਵਾਜ਼ ਠਾਉਣ ਵਾਲੇ ਗੁਰੂ ਕਿਹੜੇ ਹਨ ਪਿਆਰੇ ਬੱਚਿਓ ਅਮਰਦਾਸ ਜੀ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਹਾਂਜੀ ਪ੍ਰਭੂ ਦੇ ਨਾਲ ਰਹਿਣ ਲਈ ਆਪਣੇ ਮਨ ਨੂੰ ਕਿਹਾ ਵੀ ਤੂੰ ਸਦਾ ਪ੍ਰਭੂ ਦੇ ਨਾਲ ਰਹਿ ਰਹਿ ਜੇ ਅਗਰ ਪ੍ਰਭੂ ਦੇ ਨਾਲ ਰਹੇਗਾ ਤੇ ਪ੍ਰਭੂ ਹੀ ਤੇਰੇ ਸਾਰੇ ਦੁੱਖ ਦੂਰ ਕਰ ਸਕਦੇ ਹਨ ਜਾਤ ਕਾ ਗਰਬ ਨਾ ਕਰੀਏ ਕੋਈ ਬ੍ਰह्मबिੰਦੇ ਸੋ ਬ੍ਰਾਹਮਣ ਹੋਈ ਹਾਂਜੀ ਕਿਸੇ ਨੂੰ ਆਪਣੀ ਜਾਤ ਉੱਚੀ ਦਾ ਜਿਵੇਂ ਬ੍ਰਾਹਮਣ ਜਾਤ ਦਾ ਗੁਮਾਨ ਕਰਦੇ ਆ ਵੀ ਬ੍ਰਾਹਮਣ ਉੱਚੀ ਜਾਤ ਹੈ ਕਹਿੰਦੇ ਇਸ ਤਰ੍ਹਾਂ ਉੱਚੀ ਜਾਤ ਦਾ ਗੁਮਾਨ ਨਹੀਂ ਕਰਨਾ ਚਾਹੀਦਾ ਬ੍ਰਾਹਮਣ ਉਹੀ ਹੈ ਜਿਹੜਾ ਉਸ ਪ੍ਰਭਮ ਨੂੰ ਵਿਚਾਰਦਾ ਹੈ ਬ੍ਰह्म ਨੂੰ ਵਿਚਾਰ ਕਰਦਾ ਹੈ ਬ੍ਰह्म ਤੇ ਵਿਚਾਰ ਕਰਦਾ ਉਹੀ ਬ੍ਰਾਹਮਣ ਹੈ ਇਹ ਨਹੀਂ ਵੀ ਉਹ ਬ੍ਰਾਹਮਣ ਜਾਤ ਵਿੱਚ ਪੈਦਾ ਹੋਇਆ ਤਾਂ ਉਹ ਬ੍ਰਾਹਮਣ ਹੈ ਸਤਿਐ ਨਾ ਆਖਿਐ ਜੋ ਮੜਿਆ ਲੱਗ ਜਲਨ ਨਾਨਕ ਸਤਿਐ ਜਾਨੀਐ ਜੇ ਬਿਰਹਾ ਚੋਟ ਮਰਨ ਹੁਣ ਇੱਥੇ ਵੀ ਪ੍ਰਭੂ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਕਹਿ ਵੀ ਸਤਿਆ ਉਹਨਾਂ ਇਸਤਰੀਆਂ ਨੂੰ ਨਹੀਂ ਆਖਿਆ ਨਾ ਆਖਿਆ ਜਾਣਾ ਚਾਹੀਦਾ ਜਿਹੜੀ ਆਪਣੇ ਪਤੀ ਦੀ ਲੋਥ ਦੇ ਨਾਲ ਜਲ ਕੇ ਸੜ ਜਾਂਦੀਆਂ ਹਨ ਸਗੋਂ ਉਹ ਸਤਿਆ ਹਨ ਜਿਹੜੀਆਂ ਬਿਰਹਾ ਉਸ ਦੇ ਦੁੱਖ ਵਿਛੋੜੇ ਦੀ ਚੋਟ ਸਹਿੰਦੀਆਂ ਹਨ ਚੋਟ ਲੱਗਦੇ ਹਨ ਹੀ ਸਾਰ ਜੀਵਨ ਬਤਾਉਂਦੀਆਂ ਹਨ ਜਾਂ ਝੋਟ ਬਿਰਹਾ ਦੀ ਝੋਟ ਲੱਗਣ ਦੇ ਨਾਲ ਮਰਦੀਆਂ ਹਨ ਆਪ ਜੀ ਦੀ ਬਾਣੀ ਵਿੱਚ ਮੁਹਾਵਰਾ ਬਣ ਜਾਣ ਦੀ ਸਮਰੱਥਾ ਹੈ ਜਿਵੇਂ ਐਸਾ ਕੰਮ ਮੂਲਨਾ ਕੀਚੇ ਜਿਤ ਅੰਤ ਪਛਤਾਈਏ ਹਾਂਜੀ ਸਾਨੂੰ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਅੰਤ ਵਿੱਚ ਸਾਨੂੰ ਪਛਤਾਵਾ ਹੋ ਨਾ ਹੋਵੇ ਉਸ ਗਲਤੀ ਤੇ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੀ ਬਾਣੀ ਪ੍ਰਭੂ ਤੇ ਗੁਰੂ ਪ੍ਰਤੀ ਅਥਾ ਪ੍ਰੇਮ ਤੇ ਸ਼ਰਧਾ ਦੀ ਪੇਸ਼ਕਾਰੀ ਕਰਦੀ ਹੈ ਆਪ ਦੀ ਰਚਨਾ ਠੇਠ ਪੰਜਾਬੀ ਦਾ ਸੁੰਦਰ ਨਮੂਨਾ ਹੈ ਜਿਸ ਉੱਤੇ ਲਹਿੰਦੀ ਦਾ ਪਰਤੱਖ ਪ੍ਰਭਾਵ ਹੈ ਹਾਂਜੀ ਗੁਰੂ ਰਾਮਦਾਸ ਜੀ ਦੀ ਬਾਣੀ ਠੇਠ ਪੰਜਾਬੀ ਦਾ ਸੁੰਦਰ ਨਮੂਨਾ ਹੈ ਤੇ ਉਸ ਤੇ ਕਿਹੜੀ ਭਾਸ਼ਾ ਦਾ ਪਰਤੱਖ ਪ੍ਰਭਾਵ ਹੈ ਲਹਿੰਦੀ ਦਾ ਪਰਤੱਖ ਪ੍ਰਭਾਵ ਹੈ ਬੋਲੀ ਵਿੱਚ ਸਰਲਤਾ ਸਪਸ਼ਟਤਾ ਤੇ ਸੁਭਾਵਿਕਤਾ ਵਿਦਮਾਨ ਹੈ ਆਪ ਦੀ ਬਾਣੀ ਦੇ ਸ਼ਬਦਾਂ ਵਿਚਲਾ ਦੁਹਰਾਓ ਜਿਵੇਂ ਮੇਰੇ ਪਿਆਰੇ ਮੇਰੀ ਜਿੰਦੜੀਏ ਬਲਰਾਮ ਜੀਓ ਰਾਮ ਰਾਜੇ ਆਦਿ ਵਾਕਾਂ ਨੂੰ ਲੰਬਾ ਤੇ ਨਿਖੜਮਾ ਰੂਪ ਪ੍ਰਦਾਨ ਕਰਦਾ ਹੈ ਹਾਂਜੀ ਵਾਕਾਂ ਨੂੰ ਲੰਬਾ ਤੇ ਨਿਖੜਮਾ ਰੂਪ ਕਿਹੜੇ ਦੁਹਰਾਓ ਪ੍ਰਦਾਨ ਕਰਦੇ ਹਨ ਗੁਰੂ ਸਾਹਿਬ ਦੀ ਬਾਣੀ ਨੂੰ ਮੇਰੇ ਪਿਆਰੇ ਮੇਰੀ ਜਿੰਦੜੀਏ ਬਲਰਾਮ ਜੀਓ ਰਾਮ ਰਾਜੇ ਗੁਰੂ ਅਮਰਦਾਸ ਜੀ ਵਾਂਗ ਆਪ ਨੇ ਸੰਬੋਧਨੀ ਸ਼ੈਲੀ ਵਰਤੀ ਹੈ ਹਾਂਜੀ ਗੁਰੂ ਰਾਮਦਾਸ ਜੀ ਨੇ ਵੀ ਗੁਰੂ ਅਮਰਦਾਸ ਜੀ ਵਾਂਗ ਕਿਹੜੀ ਸ਼ੈਲੀ ਵਰਤੀ ਹੈ ਪਿਆਰੇ ਬੱਚਿਓ ਸੰਬੋਧਨੀ ਸ਼ੈਲੀ ਵਰਤੀ ਹੈ ਪਰ ਗੀਤਕ ਕਵੀਆਂ ਦੀ ਸ਼੍ਰੇਣੀ ਵਿੱਚੋਂ ਆਪ ਨੂੰ ਸ਼੍ਰੋਮਣੀ ਦਰਜਾ ਦਿੱਤਾ ਜਾ ਸਕਦਾ ਹੈ ਹਾਂਜੀ ਕਿਹੜੇ ਗੁਰੂ ਸਾਹਿਬ ਨੂੰ ਪਰਗੀਤਕ ਕਵੀਆਂ ਵਿੱਚ ਸ਼੍ਰੋਮਣੀ ਦਰਜਾ ਦਿੱਤਾ ਜਾ ਸਕਦਾ ਹੈ ਗੁਰੂ ਰਾਮਦਾਸ ਜੀ ਨੂੰ ਵਾਯੂ ਮੰਡਲ ਚਿਤ੍ਰਨ ਅਲੰਕਾਰਾਂ ਦੀ ਸੂਖਮਤਾ ਤੇ ਤਾਲ ਤੇ ਰਸ ਦੀ ਪ੍ਰਧਾਨਤਾ ਪਿੰਪਣ ਰਾਗਾਂ ਤੇ ਛੰਦਾਂ ਦੀ ਵਰਤੋਂ ਤੁਕਾਂ ਦੀ ਲੰਬਾਈ ਆਦ ਆਪ ਦੀ ਬਾਣੀ ਦੇ ਵਿਸ਼ੇਸ਼ ਲੱਛਣ ਹਨ ਹਾਂਜੀ ਇਹ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਲੱਛਣ ਹਨ ਪਿਆਰੇ ਬੱਚਿਓ ਹਾਂਜੀ અલੰਕਾਰਾਂ ਦੀ ਸੂਖਮਤਾ ਹੈ ਤਾਲ ਤੇ ਰਸ ਦੀ ਪ੍ਰਧਾਨਤਾ ਹੈ ਵਾਜੂ ਮੰਡਲ ਦਾ ਚਿਤ੍ਰਨ ਕੀਤਾ ਹੈ ਉਹਨਾਂ ਨੇ ਭਿੰਨ ਭਿੰਨ ਰਾਗਾਂ ਤੇ ਛੰਦਾਂ ਦੀ ਵਰਤੋਂ ਕੀਤੀ ਹੈ ਗੁਰੂ ਰਾਮਦਾਸ ਜੀ ਨੇ 30 ਰਾਗਾਂ ਅਤੇ ਕੁੱਲ 638 ਸ਼ਬਦਾਂ ਵਿੱਚ ਬਾਣੀ ਰਚਨਾ ਕੀਤੀ ਹੈ ਕਿੰਨੇ ਰਾਗਾਂ ਵਿੱਚ ਬਾਣੀ ਹੈ ਗੁਰੂ ਰਾਮਦਾਸ ਜੀ ਦੀ 30 ਰਾਗਾਂ ਵਿੱਚ ਤੇ ਕਿੰਨੇ ਸ਼ਬਦਾਂ ਦੀ ਰਚਨਾ ਪਿਆਰੇ ਬੱਚਿਓ 638 ਆਪ ਨੇ ਸਭ ਤੋਂ ਵੱਧ 8-12 ਸਿਰੀ ਗੌੜੀ ਬਿਹਗੜਾ ਵਢਾਂਸ ਸੋਰਠ ਬਲਾਵਲ ਸਰੰਗ ਤੇ ਕਾਣੜਾ ਰਾਗ ਵਿੱਚ ਦੀ ਰਚਨਾ ਕੀਤੀ ਹੈ ਹਾਂਜੀ ਇਹ ਇਹਨਾਂ ਦੀਆਂ ਸਭ ਤੋਂ ਵੱਧ ਗੁਰੂ ਰਾਮਦਾਸ ਜੀ ਨੇ 12 ਦੀ ਰਚਨਾ ਕੀਤੀ ਹੈ ਕਿੰਨੀਆਂ 12 ਪਿਆਰੇ ਬੱਚਿਓ 8 12 ਆਪ ਗੁਰਮਤ ਦੇ ਸਭ ਤੋਂ ਵੱਡੇ ਵਾਰਕਾਰ ਹਨ ਹਾਂਜੀ ਗੁਰਮਤ ਦੇ ਸਭ ਤੋਂ ਵੱਡੇ ਕਾ ਵਾਰਕਾਰ ਕਿਹੜੇ ਗੁਰੂ ਸਾਹਿਬ ਹਨ ram das ji laavan te soopurkh aapdiyan prasiddh baaniyan han is to bina shabd shlok doopade teepde chaupde panj pade cheh pade pardal chaupda kafiyan chaupde ashtapadiyan chand aad kaavrup vich apni baani rachna kiti hai pahre banjare karhale kafiyan kohriyan te solle lok kaavrup vich bhi baani rachna ਕੀਤੀ ਹੈ ਹਾਂਜੀ ਗੁਰੂ ਰਾਮਦਾਸ ਜੀ ਨੇ ਲੋਕ ਕਾਵ ਰੂਪ ਵਿੱਚ ਵੀ ਬਾਣੀ ਦੀ ਰਚਨਾ ਕੀਤੀ ਹੈ ਲੋਕ ਕਾਵ ਰੂਪ ਕਿਹੜੇ-ਕਿਹੜੇ ਹਨ ਪਿਆਰੇ ਬੱਚਿਓ ਪਹਿਰੇ ਵੰਜਾਰੇ ਕਰਹਲੇ ਕਾਫੀਆਂ ਘੋੜੀਆਂ ਆਪ ਜੀ ਦੀ ਬਾਣੀ ਦੇ ਨਮੂਨੇ ਇਸ ਤਰ੍ਹਾਂ ਹਨ ਹਰ ਧਿਆਵੇ ਹਰ ਧਿਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਆਇਆ ਜੀ ਟੂਟੀ ਜਮਕੀ ਫਾਸੀ ਹਰ ਅੰਮ੍ਰਿਤ ਪਿੰਨੇ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਹਾਂਜੀ ਪਿਆਰੇ ਬੱਚਿਓ ਮਨ RAM ਕਸਵੱਟੀ ਲਾਇਆ ਕੰਚਨ ਸੋਵਿਨਾ ਗੁਰਮਖ ਰੰਗ ਚਲੂ ਲਿਆ ਮੇਰਾ ਮਨ ਤਨੁ ਪਿੰਨਾ ਚੋਜੀ ਮੇਰੇ गोविंद ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਹਰ ਆਪੇ ਕਾਨ ਉਪਾਈਂਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਾਂਜੀ ਪਿਆਰੇ ਬੱਚਿਓ ਅੱਜ ਆਪਾਂ ਗੁਰਮਤ ਕਾਵਟਾ ਰਾ ਦਾ ਦੂਸਰਾ ਭਾਗ ਪੜਿਆ ਮਿਲਦੇ ਹਾਂ ਅਗਲੀ ਕਲਾਸ ਵਿੱਚ ਅਗਲੇ ਪਾਠ ਨਾਲ ਧੰਨਵਾਦ